ਫਾਜ਼ਿਲਕਾ ਦੇ ਵਿੱਚ ਪਿਛਲੇ 2 ਦਿਨਾਂ ਤੋਂ ਲਿਫਟਿੰਗ ਦੇ ਮੁੱਦੇ ਨੂੰ ਲੈ ਕੇ ਆਰਤੀਆ ਵੱਲੋਂ ਫਲਾਈਓਵਰ ਤੇ ਦਿੱਤੇ ਜਾ ਰਹੇ ਧਰਨੇ ਦੇ ਵਿੱਚ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬੱਦਰ ਨੇ ਪਹੁੰਚ ਕੇ ਬੁੱਧਵਾਰ ਨੂੰ ਫਾਜ਼ਿਲਕਾ ਬੰਦ ਦੀ ਘੋਸ਼ਣਾ ਕਰ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਵਪਾਰੀ ਵਰਗ ਆਰਤੀ ਵਰਗ ਦੇ ਨਾਲ ਖੜਾ ਹੈ ਅਤੇ ਉਹਨਾਂ ਦੇ ਸਮਰਥਨ ਦੇ ਵਿੱਚ ਵਪਾਰ ਮੰਡਲ ਵੱਲੋਂ ਪੂਰਾ ਸ਼ਹਿਰ ਬੁੱਧਵਾਰ ਨੂੰ ਬੰਦ ਕਰਵਾਇਆ ਜਾਏਗਾ। ਉਹਨਾਂ ਨੇ ਕਿਹਾ ਕਿ ਆਰਤੀਆਂ ਦੀ ਹਰ ਸਮੱਸਿਆ ਵਪਾਰੀ ਵਰਗ ਦੀ ਸਮੱਸਿਆ ਹੈ। ਉਹਨਾਂ ਨੇ ਕਿਹਾ ਕਿ ਬੁੱਧਵਾਰ ਨੂੰ ਵਪਾਰੀ ਵਰਗ ਚੌਕ ਘੰਟਾ ਘਰ ਤੋਂ ਇੱਕ ਕਾਫਲੇ ਦੇ ਰੂਪ ਦੇ ਵਿੱਚ ਚੱਲੇਗਾ ਅਤੇ ਇਹਨਾਂ ਦੇ ਧਰਨੇ ਦੇ ਵਿੱਚ ਸ਼ਾਮਿਲ ਹੋਵੇਗਾ। ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬੱਦਰ ਨੇ ਆੜ੍ਹਤੀਆ ਐਸੋਸੀਏਸ਼ਨ ਦੀਆਂ ਮੰਗਾਂ ਪ੍ਰਸ਼ਾਸਨ ਨੂੰ ਮੰਨਣ ਦੀ ਅਪੀਲ ਵੀ ਕੀਤੀ ਹੈ। ਜੀ, ਕਿਉਂਕਿ ਸਾਡੇ ਜਿੰਨੇ ਵੀ ਆੜ੍ਹਤੀਆ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਨੇ, ਸਾਡੇ ਭਰਾ ਨੇ, ਸਾਰੇ ਪਰੇਸ਼ਾਨ ਹੋ ਕੇ ਧਰਨੇ ਦੇ ਵਿੱਚ ਬੈਠੇ ਨੇ ਔਰ ਇਹ ਨਹੀਂ ਪਰੇਸ਼ਾਨ ਹੋਏ, ਸਾਰਾ ਸ਼ਹਿਰ ਪਰੇਸ਼ਾਨ ਹੋ ਚੁੱਕਾ। ਅਸੀਂ ਇਹਨਾਂ ਦਾ ਪੂਰਾ ਸਹਿਯੋਗ ਕਰਦੇ ਹੋਏ ਮੁਕੰਮਲ ਸ਼ਹਿਰ ਸਵੇਰੇ ਬੰਦ ਰਹੇ, ਪੂਰੇ ਟਾਈਮ ਲਈ ਬੰਦ ਰਹੇਗਾ। ਪੂਰੇ ਟਾਈਮ ਤੁਸੀਂ ਫਾਜ਼ਿਲਕਾ ਦੇ ਦੁਕਾਨਦਾਰਾਂ ਨੂੰ ਕੀ ਅਪੀਲ ਕਰਦੇ ਹੋ ਕਿ ਆੜ੍ਹਤੀਆਂ ਨੂੰ ਜੋ ਮੁਸ਼ਕਿਲ ਆ ਰਹੀਆਂ ਉਸ ਦੇ ਸੰਬੰਧ ਵਿੱਚ? ਹੁਣ ਦੇ ਮੁਸ਼ਕਿਲ ਆੜ੍ਹਤੀਆਂ ਨੂੰ ਅਪੀਲ ਅਸੀਂ ਆਪਦੇ ਸਾਰੇ ਵਪਾਰੀਆਂ ਨੂੰ ਕਹਿੰਦੇ, ਇਹਨਾਂ ਦਾ ਸਾਥ ਦੇਣ ਪੂਰੀ ਤਰ੍ਹਾਂ ਧਰਨੇ ਦੇ ਵਿੱਚ ਆ ਕੇ ਬੈਠੋ। ਠੀਕ ਹੈ, ਇਹੀ ਅਪੀਲ ਕਰਨੇ ਕਿ ਜਿੰਨਾ ਜਲਦੀ ਹੋ ਸਕੇ ਜਿਹਦੇ ਕੋਲ ਵੀ ਜੋ ਕੁਛ ਵੀ ਹੈ ਇਹਨੂੰ ਮਤਲਬ ਆਦੀ ਜਿਹੜੀ ਹੈਗੀ ਹੈ ਪੂਰੀ ਜਿਹੜੀ ਹੈਗੀ ਤਾਕਤ ਵਰਤ ਕੇ ਇਹਨੂੰ ਸ਼ੁਰੂ ਕਰਾਵੇ ਲੋਕ ਜੀ। ਅਗਰ ਸਰਕਾਰ ਵੱਲੋਂ ਜਾਂ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਆੜ੍ਹਤੀਆਂ ਨੂੰ ਜੋ ਮੁਸ਼ਕਿਲ ਆ ਰਹੀਆਂ ਇਹ ਰਿਜ਼ੋਲਵ ਨਹੀਂ ਹੋਈਆਂ ਤਾਂ ਵਪਾਰ ਮੰਡਲ ਦਾ ਕੀ ਸਹਿਯੋਗ ਰਹੇਗਾ ਜੀ? ਵਪਾਰ ਮੰਡਲ ਦਾ ਪੂਰਾ ਸਹਿਯੋਗ ਰਹੇਗਾ ਜੋ ਆੜ੍ਹਤੀਆਂ ਸੰਸਥਾ ਹੈ। ਕੱਲ੍ਹ ਤੁਹਾਡੇ ਵੱਲੋਂ ਵੀ ਕੋਈ ਸ਼ਹਿਰ 'ਚ ਰੋਸ ਮਾਰਚ ਕੱਢਿਆ ਜਾਏਗਾ ਜੀ? ਦੇਖੋ ਜੀ, ਸਾਡੇ ਘੰਟਾ ਘਰ ਜਲੂਸ ਨਿਕਲ ਕੇ ਆਏ ਇਹਨਾਂ ਦੇ ਨਾਲ ਜਿਹੜੇ